ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਦਾਣਾ ਮੰਡੀ ਜਗਰਾਓ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੰਡੀ ਦੇ ਮਜ਼ਦੂਰਾਂ ਨੇ ਖਰੀਦ ਏਜੰਸੀਆਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਮੰਡੀ 'ਚ ਪਈ 15 ਲੱਖ ਬੋਰੀਆਂ ਦੀ ਲਿਫਟਿੰਗ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਕਣਕ ਦੀਆਂ ਭਰੀਆਂ ਬੋਰੀਆਂ ਖਰਾਬ ਹੋ ਰਹੀਆਂ ਹਨ ਅਤੇ ਕਣਕ ਦਾ ਭਾਰ ਵੀ ਘੱਟ ਹੋ ਰਿਹਾ ਹੈ, ਪਰ ਘੱਟ ਹੋ ਰਹੇ ਵਜ਼ਨ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਕੋਈ ਵੀ ਖਰੀਦਦਾਰ ਨਹੀਂ ਲੈ ਰਿਹਾ, ਬਲਕਿ ਘੱਟ ਹੋਏ ਵਜ਼ਨ ਦੀ ਭਰਵਾਈ ਮਜ਼ਦੂਰਾਂ ਨੂੰ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਸਮੱਸਿਆ ਹੈਗੀ ਇਹ ਹੈ ਜੀ, ਵੀ ਅੱਜ ਤੋਂ 15 ਦਿਨ ਪਹਿਲਾਂ ਭਾਅ ਲੱਗੇ ਨੇ ਕਣਕ ਦੇ। ਜਿਸ ਵੇਲੇ ਕਣਕ ਦੇ ਭਾਅ ਲੱਗੇ ਨੇ ਉਦੋਂ ਜਿਹੜਾ ਤਾਪਮਾਨ ਸੀ ਤਕਰੀਬਨ 22-23 ਸੀਗਾ, ਅੱਜ ਦਾ ਜਿਹੜਾ ਤਾਪਮਾਨ ਹੈ ਉਹ 47 ਡਿਗਰੀ ਤੋਂ ਉੱਪਰ ਉੱਪਰ ਹੈ। ਇਹ ਜਿੰਨਾ ਵੀ ਖਰੀਦ ਏਜੰਸੀਆਂ ਨੇ ਪੰਜਾਂ ਨੇ ਮਾਲ ਕੀਤਾ ਹੈ, ਇਹਨਾਂ ਦੇ ਹਜੇ ਤੱਕ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ, ਨਾ ਹੀ ਮਾਲ ਚੱਕਿਆ ਗਿਆ। ਔਰ ਇੰਨੀ ਧੁੱਪ ਕਲਡੀ ਪੈਣ ਕਾਰਨ ਇਹ ਜਿਹੜੀ ਕਣਕ ਦੀ ਪਹਿਲਾਂ ਨਵੀਂ ਆਈ ਹੈ ਜਾਂ ਪਹਿਲਾਂ ਮਤਲਬ ਜਦੋਂ 23-22-23 ਨੂੰ ਜਿਹੜੀ ਸੀਗੀ ਉਹ ਜਿਹੜਾ ਸੀ ਭਰਿਆ, ਉਦੋਂ ਮੁਕਚਰ ਮਾੜਾ ਮੋਟਾ ਆਉਂਦਾ ਸੀ, ਹੁਣ ਇੰਨੀ ਧੁੱਪ ਦੇ ਬਾਵਜੂਦ ਇਹ ਜਿਹੜਾ ਮੁਕਚਰ ਹੈ ਇਹ ਘਟਣਾ, ਉਹਦੇ ਨਾਲ ਘਟਣਾ ਅਤੇ ਇਹਦਾ ਵਜ਼ਨ ਵੀ ਘਟਣਾ ਜੀ। ਉਹ ਜੋ ਵਜ਼ਨ ਘਟਣਾ ਆ ਉਹ ਜਾਂ ਤਾਂ ਸਾਡੇ ਆੜ੍ਹਤੀਆਂ ਜੁੰਮੇ ਪਾਇਆ ਜਾਂਦਾ ਜਾਂ ਉਹ ਸਾਡੀ ਲੇਬਰ ਜੁੰਮੇ ਪਾਇਆ ਜਾਂਦਾ। ਇਹ ਖਰੀਦ ਏਜੰਸੀਆਂ ਦੀ ਇੰਨੀ ਢਿੱਲ ਕਾਰਗੁਜ਼ਾਰੀ ਹੈ ਵੀ ਇਹਨਾਂ ਨੂੰ ਨਾ ਤਾਂ ਹਜੇ ਤੱਕ ਇਹਨਾਂ ਨੇ ਜਦੋਂ ਇਹਨਾਂ ਨੇ ਖਰੀਦ ਕੀਤਾ ਮਾਲ ਇਹਨਾਂ ਨੂੰ ਪਹਿਲਾਂ ਆਪਣਾ ਪ੍ਰਬੰਧ ਕਰਨਾ ਚਾਹੀਦਾ ਸੀ ਵੀ ਅਸੀਂ ਜਿੱਥੇ ਮਾਲ ਲਾਉਣਾ। ਜੇ ਉਹ ਪ੍ਰਬੰਧ ਨਹੀਂ ਕੀਤਾ ਜਾਂਦਾ ਸੀ ਇਹਨਾਂ ਤੋਂ ਤਾਂ ਬਿਲਕੁਲ ਰੇਟ ਨਾ ਲਾਉਂਦੇ, ਜਾਂ ਰੇਟ ਨਾ ਲਾਉਂਦੇ ਕਿਸਾਨ ਬੈਠੇ ਹੁੰਦੇ ਮੰਡੀਆਂ ਵਿੱਚ ਅਤੇ ਕਿਸਾਨਾਂ ਨੂੰ ਜੋ ਪਤਾ ਲੱਗਦਾ ਪਿਓ ਸਰਕਾਰ ਨੂੰ ਕੋਈ ਹਲੂ ਨਾ ਦਿੰਦੇ। ਸਰਕਾਰ ਇੱਕ ਇਕੱਲਾ ਕਹਿੰਦੀ ਵੀ ਜ਼ਿਮੀਦਾਰ ਨੂੰ ਮੁਸ਼ਕਿਲ ਨਾ ਆਵੇ, ਮਜ਼ਦੂਰ ਬੇਸ਼ੱਕ ਮਰਦਾ ਤਾਂ ਮਰ ਜਾਏ, ਮਜ਼ਦੂਰਾਂ ਦਾ ਕੋਈ ਧਿਆਨ ਨਹੀਂ ਕਿਸੇ ਵੀ ਸਰਕਾਰ ਨੂੰ ਨਾ ਹੀ ਕਿਸੇ ਪ੍ਰਸ਼ਾਸਨ ਨੂੰ। ਮਾਰਕੀਟ ਕਮੇਟੀ ਦਾ ਇਹ ਹੱਕ ਬਣਦਾ, ਇਹ ਜ਼ਿੰਮੇਵਾਰ ਆ ਵੀ ਇਹ ਜੇ 24 ਘੰਟਿਆਂ ਵਿੱਚ ਇਹ ਮਾਲ ਨਹੀਂ ਖਰੀਦ ਏਜੰਸੀ ਚੱਕਦੀ ਤਾਂ 25 ਪੈਸੇ ਪਰ ਨਗ ਡੇਲੀ ਇਹ ਕਿਰਾਇਆ ਵਸੂਲ ਸਕਦੀ, ਲੇਕਿਨ ਮਾਰਕੀਟ ਕਮੇਟੀ ਦੇ ਕੰਨ ਤੱਕ ਜੂ ਨਹੀਂ ਸਰਕਦੀ ਹੈ। ਕਿਸੇ ਖਰੀਦ ਏਜੰਸੀ ਨੂੰ ਜਾ ਕੇ ਨਹੀਂ ਕਹਿੰਦੇ ਭਾਈ ਤੁਸੀਂ ਮਾਲ ਕਿਉਂ ਨਹੀਂ ਚੱਕ ਰਹੇ। ਹਾਂਜੀ, ਸਾਡੇ ਲੈਫਟਿੰਗ ਦੀ ਸਮੱਸਿਆ ਜੀ, ਲੈਫਟਿੰਗ ਦਾ ਪ੍ਰਬੰਧ ਕੀਤਾ ਜਾਵੇ ਖਰੀਦ ਏਜੰਸੀਆਂ ਦਾ, ਅਸੀਂ ਇਹੀ ਮੰਗ ਕਰਦੇ ਹਾਂ। ਹੁਣ ਤੱਕ ਤੁਸੀਂ ਕਦੀ ਕਿਹਾ ਨਹੀਂ ਖਰੀਦ ਏਜੰਸੀ ਨੂੰ ਕਿਉਂ ਨਹੀਂ ਸੁਣਵਾਈ ਹੋ ਰਹੀ ਫਿਰ ਤੁਹਾਡੀ? ਅਸੀਂ ਕਿਹਾ ਜੀ 8 ਗੱਡੀਆਂ ਦਿੱਤੀਆਂ ਸਾਰੀਆਂ, 2-4 15 ਲੱਖ ਬੋਰੀ ਪਈ ਆ, 8 ਗੱਡੀਆਂ ਦਿੰਦੇ ਆ 4-4 ਚੱਕਰ ਨੂੰ। ਇਸ ਤੋਂ ਵੱਧ ਦੇਣ ਨੂੰ ਤਿਆਰ ਨਹੀਂ? ਨਹੀਂ, ਫਿਰ ਇਹਦੇ ਨਾਲ ਤੁਹਾਨੂੰ ਕੋਈ ਲਾਸ ਹੁੰਦਾ? ਲਾਸ ਤਾਂ ਹੋ ਰਿਹਾ ਜੀ, ਮਾਲ ਘੱਟ ਰਿਹਾ, ਸ਼ੋਲਟਰੇ ਪੈ ਰਹੀ ਆ, ਸ਼ੋਲਟਰੇ ਜੋ ਨਾਲ ਦੀ ਨਾਲ ਲੈਣੀ ਆ, ਕਿਲੋ ਬੋਰੀ ਹੋੜਦੀ 2-2 ਕਿਲੋ ਅੱਧਾ ਅੱਧਾ ਕਿਲੋ। ਅਸੀਂ ਤਾਂ ਇਹ ਗੱਲ ਕਰਾਂ ਛੇਤੀ ਛੇਤੀ ਸਾਡੀ ਲੈਫਟਿੰਗ ਚੁਕਾਈ ਜਾਵੇ। ਇਸ ਪੂਰੇ ਮਾਮਲੇ ਸੰਬੰਧੀ ਜਦੋਂ ਜਗਰਾਓ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲਿਫਟਿੰਗ ਦੇਰ ਨਾਲ ਸ਼ੁਰੂ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਹਨਾਂ ਭਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ 'ਚ ਲਿਫਟਿੰਗ ਸਹੀ ਢੰਗ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ। ਇੱਕ ਤਾਂ ਜੀ ਜਗਰਾਓ ਦੀ ਮੰਡੀ 'ਚ ਆਪਣੇ ਟੈਂਡਰ, ਜਿਹੜੇ ਟਰਾਂਸਪੋਰਟ ਦੇ ਟੈਂਡਰ ਪਲੱਸ ਲੇਬਰ ਦੇ ਟੈਂਡਰ, ਪਰਟੀਕੁਲਰ ਲੇਬਰ ਦੇ ਟੈਂਡਰ ਥੋੜ੍ਹੇ ਜਿਹੇ ਲੇਟ ਹੋਏ, ਇਸ ਕਰਕੇ ਮਾਲ ਆਉਣਾ ਜਲਦੀ ਸ਼ੁਰੂ ਹੋ ਗਿਆ ਸੀਗਾ ਅਤੇ ਲਿਫਟਿੰਗ ਥੋੜ੍ਹੀ ਲੇਟ ਹੋਈ ਆ ਇੱਥੇ ਸ਼ੁਰੂ ਅਤੇ, ਪਰ ਹੁਣ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈਗੀ ਆ। ਲਿਫਟਿੰਗ ਵੀ ਦਿਨ ਦੀ ਇੱਥੇ ਕਾਫੀ ਲਿਫਟ ਹੋ ਰਿਹਾ ਹੈਗਾ ਮਾਲ, ਲਗਭਗ 15-16 ਹਜ਼ਾਰ ਕੁਇੰਟਲ 30-40 ਹਜ਼ਾਰ ਬੋਰੀ ਲਿਫਟ ਹੋ ਰਹੀ ਹੈ ਇੱਥੇ ਰੈਗੂਲਰ, ਅਤੇ ਆਉਣ ਵਾਲੇ 1-2 ਦਿਨਾਂ 'ਚ ਇਹ ਹੱਲ ਹੋ ਜੂਗਾ ਸਮੱਸਿਆ। ਵੈਸੇ ਜੇ ਕੋਈ ਸ਼ੋਰਟੇਜ ਦੀ ਹਜੇ ਤੱਕ ਕੋਈ ਕੰਪਲੇਂਟ ਤਾਂ ਆਈ ਨਹੀਂ ਹੈਗੀ, ਪਰ ਜੇ ਕੋਈ ਇਹ ਇਸ ਤਰ੍ਹਾਂ ਦੀ ਕੰਪਲੇਂਟ ਆਉਂਦੀ ਆ ਤਾਂ ਖਰੀਦਦਾਰ ਵੱਲੋਂ ਆਉਂਦੀ ਆ ਜਾਂ ਆੜ੍ਹਤੀ ਵੱਲੋਂ ਆਉਂਦੀ ਆ ਤਾਂ ਪ੍ਰੋਵੀਜ਼ਨ ਇਹੀ ਆ ਵੀ ਮੌਕੇ 'ਤੇ ਪੇਮੈਂਟ ਕਰਵਾ ਲਾਂਗੇ। 2% ਦੇ ਨੇੜੇ ਤੇੜੇ ਬੋਰੀਆਂ ਜਿੰਨੀਆਂ ਵੀ ਜੋ ਪਰਚੇਜ਼ ਹੋਈ ਆ ਉਹਦੀ ਪੇਮੈਂਟ ਕਰਾ ਕੇ ਜੇਕਰ ਸ਼ੋਰਟ ਹੁੰਦੀ ਹੈਗੀ ਆ ਤਾਂ ਉਹਨੂੰ ਪੂਰਾ ਕਰਵਾ ਦਿੱਤਾ ਜਾਂਦਾ ਜੀ, ਫਿਰ ਆੜ੍ਹਤੀ ਵੱਲੋਂ ਪੂਰਾ ਕਰ ਦਿੱਤੀ ਜਾਂਦੀ ਆ ਐਟ ਦੇ ਟਾਈਮ ਮੰਡੀ ਦੇ ਵਿੱਚ। ਜਗਰਾਓ ਤੋਂ ਰਾਜ ਬੱਬਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ
ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।